दोस्तों मित्रों नूं गुरदीप सिंह शेरगिल दे वलों तां साडे भरा हरजिंदर सिंह जी सैणी जी दे वलों सो तुहाडे लई अज मैं बहुत वड्डी खबर लैके आया। अज असीं खड़े हां अपने जसवंत सिंह खालड़ा पार्क, तुहानूं पता कि इत्थे अपने ऐतवार नूं प्रोग्राम भी हैगा 3 बजे डेडिकेशन टू जसवंत सिंह खालड़ा जी, अपने जो सितंबर 11 दे जो अपने जो परिवार न्यूयॉर्क दे विच जिन्हां ने अपनी जान गवाई है, एंड ऑफकोर्स जो फार्मर्स प्रोटेस्ट चल रहा दिल्ली दे विच उन्हां दी डेडिकेशन करांगे आपां। पर जिहड़ा अज दा मेन मुद्दा हैगा जिहदी मैं गल्लबात करनी आ, मैं तुहानूं इक बहुत वधिया बंदे नाल इंट्रोड्यूस करन लगा जिहड़ा तुहाडे बड़े काम दा बंदा हैगा, जिहड़ी कि फ्रेजनो दी हिस्टरी दे विच पहली बार सिटी ऑफ फ्रेजनो ने, एंड विशेष तौर पर मैं शार्ट आउट अपने आई वांट गिव अ बिग शार्ट आउट टू आवर मेयर जेरी डायर एज वेल, एंड आई नो आई एम टैगिंग हिम इन द वीडियो एज वेल, होपफुली ही विल अंडरस्टैंड। मैं आई स्पीक अ लिटल ऑफ इंग्लिश बट देन फिर आप सारी पंजाबी गल करनी आ। सो थैंक यू टू मेयर जेरी डायर फॉर एडिंग दिस स्पैशल पोजिशन जिहड़ी कि ब्रिज करती अपने पंजाबी कम्यूनिटी एंड सिटी हॉल दे विच, क्योंकि आपको पता है कि बहुत सारिया ट्रबल सानू आनी। अज मैं हरजिंदर भाजी नूं लियाया सी अपने जसवंत सिंह खालड़ा पार्क दे विच, असीं देखिया कि इत्थे साडे दरख्त जिहड़े असीं अपने हत्थां नाल बीजे आ ओह सुके पए आ, पानी है नहीं, इत्थे जिहड़ा घाह आ सुक्का पिया, इत्थे साडे बाबिआं नाल गल्लां बातां कीतीआं, ओह सानू कहिंदे ओह रेस्ट रूम नहीं साफ करदे। सो देखो कि हरजिंदर भाजी इन्हां दा हुण मेन जिहड़ी जॉब आ ना, ओह मैं आ सानू दस्सूगे, पर हुण तुहानूं देखो जी कम्यूनिटी दे लई रिसोर्स तुहानूं मिल गई आ। हुण तुहाडे विच ਤਾਂ ਸਿਟੀ ਹਾਲ ਦੇ ਵਿੱਚ ਆਹ ਬ੍ਰਿਜ ਬਣ ਗਏ, ਜਾਂ ਕੋਈ ਬਿਜ਼ਨਸ ਦੀ ਪ੍ਰੋਬਲਮ ਆ ਜਾਂ ਟਰਬਲ ਆ ਜਾਂ ਕੋਈ ਤੁਹਾਨੂੰ ਹੈਲਪ ਚਾਹੀਦੀ ਆ ਸਿਟੀ ਦੀ ਜਾਂ ਕੋਈ ਤੁਹਾਡੇ ਨੇਬਰਹੁੱਡ ਦੇ ਵਿੱਚ ਇਸ਼ੂਸ ਆ, ਸੜਕਾਂ ਦੇ ਇਸ਼ੂਸ ਆ, ਪਾਰਕਾਂ ਦੇ ਇਸ਼ੂਸ ਆ, ਐਨੀਥਿੰਗ ਵਿਦ ਦ ਲੋਕਲ ਗਵਰਨਮੈਂਟ, ਜਿੱਦਾਂ ਜਿਹੜੀ ਕਿ ਤੁਹਾਨੂੰ ਚਾਹੁੰਦੇ ਕਿ ਸਾਡੀ ਕੋਈ ਬੰਦਾ ਆਵਾਜ਼ ਚੱਕੇ, ਸਾਡੀ ਕੋਈ ਗੱਲ ਕਰੇ, ਸਾਡੀ ਜ਼ਬਾਨ ਦੇ ਵਿੱਚ ਪੰਜਾਬੀ 'ਚ ਗੱਲ ਕਰੇ, ਉਹ ਭਾਜੀ ਕਰਨਗੇ। ਸੋ ਪਹਿਲਾਂ ਤਾਂ ਹਰਜਿੰਦਰ ਸਿੰਘ ਸੈਣੀ ਭਾਜੀ ਯਾਰ ਜੀ ਹਾਂ ਯਾਰ ਥੈਂਕ ਯੂ ਆ, ਕਿਉਂਕਿ ਸਾਡੇ ਲਈ ਇੱਕ ਡ੍ਰੀਮ ਪ੍ਰੋਜੈਕਟ ਸੀ ਕਿ ਸਿਟੀ ਨੇ ਕੋਈ ਏਦਾਂ ਦੀ ਪਿਜਨ ਓਪਨ ਕਰਨੀ ਜਿੱਥੇ ਕਿ ਸਾਡੇ ਪੰਜਾਬੀ ਬੰਦਾ ਕਿ ਸਿਟੀ ਹਾਲ ਦੇ ਵਿੱਚ ਸਾਡੀ ਇਹਨੂੰ ਆਵਾਜ਼ ਬਣਨਾ। ਦੇਖੋ ਹੁਣ ਆਪਾਂ ਇਹਦਾ ਮੈਂ ਤਾਂ ਆ ਕਾਰਡ ਦੇਖ ਕੇ ਬੜੀ ਖੁਸ਼ੀ ਹੋ ਗਈ, ਆਹ ਦੇਖ ਲਓ ਆਹ ਅੰਗੂਰ ਜਿਹਾ ਲੱਗੇ ਹੋ ਨਾ, ਅੰਗੂਰਾਂ ਵਾਲਾ ਕਾਰਡ ਘੈਂਟ ਆ ਵਾਲਾ ਹੀ। ਸੋ ਹਰਜਿੰਦਰ ਭਾਜੀ ਪਹਿਲਾਂ ਦੱਸੋ ਕਿ ਦੇਖੋ ਤੁਸੀਂ ਬਿਜ਼ਨਸ ਯੂਨੋ ਕਮਿਊਨਿਟੀ 'ਚੋਂ ਹੈਗੇ ਆ, ਲਾਈਕ ਤੁਸੀਂ ਸਾਰੀ ਜ਼ਿੰਦਗੀ ਬਿਜ਼ਨਸ ਕੀਤਾ, ਤਾਂ ਆਪਾਂ ਗੱਲ ਕਰ ਰਹੇ ਤੁਸੀਂ ਕਿਹਾ ਵੀ ਗੁਰਦੀਪ ਵੀ ਆਈ ਵਾਂਟ ਟੂ ਗਿਵ ਬੈਕ ਟੂ ਮਾਈ ਕਮਿਊਨਿਟੀ, ਤਾਂ ਤੁਸੀਂ ਹੁਣ ਸਿਟੀ ਹਾਲ ਦੇ ਨਾਲ ਲਾਸਟ ਵੀਕ ਇਹ ਕੰਮ ਸ਼ੁਰੂ ਕੀਤਾ ਹੈਗਾ, ਤੁਹਾਡੀ ਅਫੀਸ਼ੀਅਲ ਕਮਿਊਨਿਟੀ ਲੇਅਰਜ਼ਾਨ ਪੰਜਾਬੀ ਕਮਿਊਨਿਟੀ, ਇੰਡੀਅਨ ਕਮਿਊਨਿਟੀ ਐਂਡ ਸਿਟੀ ਹਾਲ ਦੇ ਨਾਲ ਤੁਹਾਡੀ ਆਹ ਜਿਹੜੀ ਜੋਬ ਡਿਸਕ੍ਰਿਪਸ਼ਨ ਹੈਗੀ ਆ। ਸੋ ਪਹਿਲਾਂ ਤਾਂ ਆਪਣੇ ਬਾਰੇ ਥੋੜ੍ਹਾ ਦੱਸੋ, ਸਾਰੀ ਕਮਿਊਨਿਟੀ ਇੰਟਰੋਡਿਊਸ ਮਾੜਾ ਜਿਹਾ ਪਲੀਜ਼। ਡੈਫੀਨੇਟਲੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਆਇਆਂ ਨੂੰ, ਮੇਰਾ ਨਾਂ ਹਰਜਿੰਦਰ ਸਿੰਘ ਆ, ਮੈਂ ਬਹੁਤ ਆਪਣੇ ਆਪ ਨੂੰ ਪ੍ਰਾਊਡ ਸਮਝਦਾ ਆ ਟਾਈਮ 'ਤੇ ਕਿ ਮੈਨੂੰ ਚਾਂਸ ਮਿਲਿਆ ਸਾਡੀ ਬਿਊਟੀਫੁਲ ਕਮਿਊਨਿਟੀ ਨੂੰ ਰਿਪ੍ਰਜੈਂਟ ਕਰਨ ਦਾ। ਤਾਂ ਜਿੱਦਾਂ ਭਾਅ ਜੀ ਦੱਸਦੇ ਸੀਗੇ ਕਿ ਜੋ ਵੀ ਤੁਹਾਡੇ ਮਸਲੇ ਹੈਗੇ ਆ, ਜੋ ਤੁਹਾਨੂੰ ਛੋਟੇ ਮੋਟੇ ਸਿਟੀ ਦੇ ਇਸ਼ੂਜ਼ ਹੈਗੇ ਆ, ਬਿਜ਼ਨਸ ਰਿਲੇਟਿਡ ਔਰ ਐਨੀਥਿੰਗ, ਜਿੱਦਾਂ ਪਾਰਕ ਦੇ ਵਿੱਚ ਪ੍ਰੋਬਲਮਸ ਆ, ਐਨੀਥਿੰਗ ਦੈਟ ਯੂ ਗਾਇਸ ਕੈਨ ਬ੍ਰਿੰਗ ਦ ਪ੍ਰੋਬਲਮਸ ਟੂ ਮੀ, ਮੈਂ ਤੁਹਾਡੀ ਪ੍ਰੋਬਲਮ ਆ ਸਿਟੀ ਹਾਲ ਤੱਕ ਲੈ ਕੇ ਜਾਊਂਗਾ। ਮਗਰ ਤੁਹਾਨੂੰ ਮੈਂ ਇੰਨੀ ਗੱਲ ਦੱਸਦਾ ਕਿ ਜਿੱਦਾਂ ਐਵਰੀਥਿੰਗ ਟੇਕਸ ਟਾਈਮ, ਮੇਰਾ ਪੋਜੀਸ਼ਨ ਵੀ ਨਿਊ ਆ, ਇਹ ਪੋਜੀਸ਼ਨ ਪਹਿਲਾਂ ਨਹੀਂ ਐਗਜ਼ਿਸਟ ਹੁੰਦੀ ਸੀ, ਤਾਂ ਮੈਨੂੰ ਟਾਈਮ ਲੱਗੂਗਾ ਡਿਫਰੈਂਟ ਡਿਪਾਰਟਮੈਂਟਸ ਨਾਲ ਸਾਂਝ ਪਾਉਣ ਨੂੰ, ਬਟ ਇਹ ਬਹੁਤ ਵੱਡਾ ਸਟੈਪ ਆ ਮਿਸਟਰ ਜੇਰੀ ਡਾਇਰ ਨੇ ਜੋ ਲਿਆ ਆ ਸਾਡੀ ਕਮਿਊਨਿਟੀ ਲਈ। ਉਹਨਾਂ ਨੇ ਦੇਖਿਆ ਕਿ ਸਾਡਾ ਰਿਪ੍ਰੈਜੈਂਟੇਸ਼ਨ ਨਹੀਂ ਆ ਜੀ, ਸੋ ਦੇ ਹਾਇਰਡ ਮੀ ਕਿ ਮੈਂ ਤੁਹਾਡੀ ਸਾਰਿਆਂ ਦੀ ਆਵਾਜ਼ ਬਣ ਸਕਾਂ। ਫਿਊਚਰ ਵੀਕਸ 'ਚ ਸਾਡੇ ਪਲੈਨਸ ਹੈਗੇ ਆ ਹਰ ਗੁਰੂ ਘਰ ਜਾਣ ਦੇ, ਉੱਥੇ ਆਪਾਂ ਸਰਵੇ ਕਰਨੇ ਆ, ਬਿਕੋਜ਼ ਉਹ ਸਰਵਿਆਂ 'ਚ ਸਾਨੂੰ ਪਤਾ ਲੱਗੂਗਾ ਸਾਡੀ ਕਮਿਊਨਿਟੀਜ਼ ਦੀ ਨੀਡਸ ਕੀ ਆ, ਕਿਉਂਕਿ ਆ ਟਾਈਮ 'ਤੇ ਵੀ ਆਰ ਅੰਡਰ ਰਿਪ੍ਰੈਜੈਂਟਡ ਜੀ। ਸਾਨੂੰ ਸਾਰੀ ਕਮਿਊਨਿਟੀਆਂ ਨੂੰ ਪ੍ਰੋਬਲਮ ਹੈਗੀ ਆ, ਮਗਰ ਅਸੀਂ ਕੋਈ ਆਵਾਜ਼ ਨਹੀਂ ਆ, ਤਾਂ ਹੋਪਫੁਲੀ ਮੈਂ ਉਹ ਆਵਾਜ਼ ਬਣਨਾ ਚਾਹੁੰਦਾ ਹਾਂ। ਯੂ ਗਾਈਜ਼ ਮੈਂ ਉੱਥੇ ਅਸੀਂ ਸਰਵੇ ਕਰਨੇ ਆ, ਤਾਂ ਸਰਵੇ ਦੇ ਬੈਲਟ ਹੋਣੇ ਆ, ਵੀ ਗੋਇੰਗ ਟੂ ਡੂ ਪ੍ਰੋਬਬਲੀ ਡਿਜੀਟਲ ਥਰੂ, ਮਗਰ ਪੇਪਰ ਦੇ ਹੋਣਗੇ, ਤੁਹਾਨੂੰ ਆਪਣਾ ਨਾਂ ਡਿਸਕਲੋਜ਼ ਕਰਨ ਦੀ ਲੋੜ ਨਹੀਂ ਗੀ, ਕਿਉਂਕਿ ਆਹ ਟਾਈਮ 'ਤੇ ਵੀ ਹੈਵ ਟੂ ਵਰਕ ਟੂਵਰਡਸ ਸੋਲਵਿੰਗ ਦ ਇਸ਼ੂਸ ਜੀ। ਲਾਈਕ ਆਈ ਕੇਮ ਦਿਸ, ਜਦੀ ਹੁਣ ਮੈਂ ਆਇਆ ਸੀ ਤਾਂ ਦੇਖਿਆ ਸਾਡੇ ਬਾਬੇ ਬਾਹਰ ਧੁੱਪੇ ਬੈਠੇ ਆ ਜੀ, ਵੀ ਹੈਵ ਨੋ ਵੇਅਰ ਅ ਸੀਨੀਅਰ ਸੈਂਟਰ ਵੇਅਰ ਦੇ ਕੈਨ ਗੋ ਏ ਸੀ ਦੇ ਵਿੱਚ ਬਹਿ ਸਕਣ ਜੀ, ਕਿਉਂ ਬਾਬਾ ਕਹਿੰਦੇ ਆ ਕਿ 115 ਦੇ ਵਿੱਚ ਵੀ ਸਾਨੂੰ ਇੱਥੇ ਧੁੱਪੇ ਬਹਿਣਾ ਪੈਂਦਾ ਆ ਹਾਂਜੀ, ਮਗਰ ਇਹ ਸਾਡਾ ਕਲਚਰ ਆ ਕਿ ਵੀ ਲਾਈਕ ਟੂ ਗੈਦਰ, ਪਰ ਸਾਡੇ ਕੋਲ ਗੈਦਰ ਲਈ ਪਲੇਸ ਨਹੀਂ ਆ ਜੀ। ਸੋ ਆਈ ਕੈਨ ਜਸਟ ਪੁਆਇੰਟ ਯੂ ਗਾਈਸ ਟੂ ਦ ਆਈਡੀਆਜ਼ ਆਈ ਹੈਵ, ਮਗਰ ਐਂਡ ਦੇ ਵਿੱਚ ਤੁਸੀਂ ਦੱਸਣਾ ਹੈ ਕਿ ਤੁਸੀਂ ਕੀ ਚਾਹੁੰਦੇ ਆ ਸਿਟੀ ਤੋਂ, ਕਿਉਂਕਿ ਐਂਡ ਦੇ ਵਿੱਚ ਇਹ ਡੈਮੋਕ੍ਰੇਸੀ ਦੇ ਵਿੱਚ
you guys are the ones who rule, we just follow. और ਇੱਥੇ ਆਪਣੇ ਜਿਹਦਾ ਆਪਣੇ ਪਿੱਛੇ ਇੰਡੀਆ ਦੇ ਵਿੱਚ ਡਰਟੀ ਪੋਲਿਟਿਕਸ ਹੁੰਦੀ ਆ, ਪਰਸਨਲੀ ਗੇਨ ਕਰਨ ਨੂੰ ਇੱਥੇ ਕੁਛ ਨਹੀਂ ਆ ਜੀ। ਵੀ ਹੈਵ ਕਦੀ ਤੁਹਾਡੇ ਤੋਂ ਚੰਦਾ ਨਹੀਂ ਮੰਗਿਆ ਜਾਊਗਾ, ਕਦੀ ਤੁਹਾਡੇ ਤੋਂ ਕੋਈ ਰਿਟਰਨ ਚ ਨਹੀਂ ਮੰਗਿਆ ਜਾਊਗਾ। ਵਾਲੰਟੀਅਰਿੰਗ ਮੈਂ ਜ਼ਰੂਰ ਮੰਗੂਗਾ ਜੀ। ਆਪਣੀ ਕਮਿਊਨਿਟੀ ਨੂੰ ਮੇਰੀ ਅਰਦਾਸ ਹੋਊਗੀ ਸਾਰਿਆਂ ਨੂੰ ਕਿ ਤੁਸੀਂ ਵੱਧ ਚੜ੍ਹ ਕੇ ਤੁਸੀਂ ਹਿੱਸਾ ਲਓ ਕਮਿਊਨਿਟੀ ਸਰਵਿਸ ਚ ਜੀ। ਦੇਰਸ ਬਹੁਤ ਪ੍ਰੋਗਰਾਮਸ ਹੈਗੇ ਆ ਜਿੱਥੇ ਸਾਡੀ ਕਮਿਊਨਿਟੀ ਬਹੁਤ ਅੱਗੇ ਆ ਕੇ ਸੇਵਾ ਕਰ ਸਕਦੀ ਆ, ਮਗਰ ਅਸੀਂ ਲੈਕ ਆਫ ਅਵੇਅਰਨੈਸ, ਇਹ ਨਹੀਂ ਕਿ ਅਸੀਂ ਨਹੀਂ ਕਰਨਾ ਚਾਹੁੰਦੇ ਜੀ, ਲੈਕ ਆਫ ਅਵੇਅਰਨੈਸ, ਅਸੀਂ ਉਹ ਮੌਕਾ ਬਹੁਤ ਵਾਰੀ ਖੁੰਝਿਆ ਆ, ਤਾਂ ਹੁਣ ਅਸੀਂ ਉਹ ਮੌਕੇ ਨੂੰ ਕਰਨਾ ਆ ਔਰ ਅਸੀਂ ਦਿਖਾਣਾ ਆ ਕਿ ਵੀ ਆਰ ਪਾਰਟ ਆਫ ਫ੍ਰੈਸਨੋ। ਜੋ ਜੋ ਮੇਅਰ ਦਾ ਡ੍ਰੀਮ ਆ ਵਨ ਫ੍ਰੈਸਨੋ, ਯੈਸ, ਉਹਦੇ ਵਿੱਚ ਅਸੀਂ ਵੀ ਆਨੇ ਆ, ਵੀ ਆਰ ਪਾਰਟ ਆਫ ਵਨ ਫ੍ਰੈਸਨੋ, ਸੋ ਵੀ ਹੈਵ ਟੂ ਮੇਕ ਦੈਟ ਡ੍ਰੀਮ ਪੋਸੀਬਲ। ਤਾਂ ਮੇਰਾ ਇਨਫੋਰਮੇਸ਼ਨ, ਮੈਂ ਤੁਹਾਨੂੰ ਆਪਣਾ ਸੈਲ ਫੋਨ ਨੰਬਰ ਦੇ ਦਿੰਦਾ ਆ, 5593651090, ਔਰ ਮੇਰਾ ਈਮੇਲ ਐਡਰੈਸ ਹੈਗਾ ਆ harjinder.saini@fresno.gov। ਤਾਂ ਕਿਸੇ ਨੂੰ ਵੀ ਕੋਈ ਕੁਐਸਚਨ ਹੋਵੇ, ਯੂ ਗੈਸ ਕੈਨ ਈਮੇਲ ਮੀ, ਯੂ ਗੈਸ ਕੈਨ ਕਾਲ ਮੀ, ਲੀਵ ਅ ਮੈਸੇਜ ਇਫ ਆਈ ਡੋਂਟ ਪਿਕ ਅਪ ਦਾ ਫੋਨ, ਬਟ ਆਈ ਐਮ ਦੇਅਰ, ਮੈਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਜੋ ਕਮਿਊਨਿਟੀ ਦੀਆਂ ਪ੍ਰੋਬਲਮਸ ਆ